ਤੇ ਸਭ ਯਾਰ ਹੁੰਦੇ ਨੇ ਜ਼ਰੂਰਤ ਨਾ ਹੋਵੇ ਤਾਂ ਪਲਟ ਵਾਰ ਹੁੰਦੇ ਨੇ ਚੋਣਾਂ ਨੇੜੇ ਆ ਰਹੀਆਂ ਨੇ ਜ਼ਰਾ ਬਚ ਕੇ ਰਹਿਣਾ ਕਿਉਂਕਿ ਜ਼ਿਆਦਾਤਰ ਲੀਡਰ ਗੱਦਾਰ ਹੁੰਦੇ ਨੇ ਸਤਿ ਸ਼੍ਰੀ ਅਕਾਲ ਮੈਂ ਅਮਨਪ੍ਰੀਤ ਕੌਰ ਅਕਾਲ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਲੋਕ ਸਭਾ ਚੋਣਾਂ ਤੇ ਆਧਾਰਿਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਸ ਸੀਟ ਬਾਰੇ ਗੱਲ ਕਰਾਂਗੇ ਉਹ ਸੀਟ ਆਪਣੇ ਆਪ ਵਿੱਚ ਹੀ ਬਹੁਤ ਦਿਲਚਸਪ ਸੀਟ ਹੈ ਬਹੁਤ ਰੋਚਕ ਸੀਟ ਹੈ ਉਹ ਸੀਟ ਹੈ ਪੂਰਵੀ ਦਿੱਲੀ ਦੀ ਇਸ ਸੀਟ ਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਆਪਣੇ ਦਿੱਗਜਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਮੁਕਾਬਲੇ ਨੂੰ ਬਹੁਤ ਹੀ ਰੋਚਕ ਬਣਾ ਦਿੱਤਾ ਗਿਆ ਜੇਕਰ ਇਸ ਸੀਟ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ 7 ਸੀਟਾਂ ਦੇ ਵਿੱਚੋਂ ਕਾਫੀ ਹੌਟ ਮੰਨਿਆ ਜਾ ਰਿਹਾ ਕਾਬਲੇ ਜ਼ਿਕਰ ਹੈ ਕਿ ਇਸ ਸੀਟ ਦੇ ਵਿੱਚ ਕਾਂਗਰਸ ਨੇ ਅਤੇ ਆਪ ਨੇ ਅਜਿਹੇ ਉਮੀਦਵਾਰਾਂ ਨੂੰ ਟੱਕਰ ਦਿੱਤੀ ਹੈ ਜਿਨ੍ਹਾਂ ਦਾ ਕਾਫੀ ਨਾਮ ਹੈ ਉਧਰ ਭਾਜਪਾ ਦੇ ਵੱਲੋਂ ਆਪਣੇ ਕੈਂਡੀਡੇਟ ਦਾ ਨਾਮ ਅਨਾਊਂਸ ਕੀਤਾ ਗਿਆ ਤਾਂ ਮੁਕਾਬਲਾ ਤ੍ਰਿਕੋਣਾ ਹੋ ਗਿਆ ਕਾਬਲੇ ਗੌਰ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੀ ਐਕਟਰ ਕੀ ਸਿੰਗਰ ਤੇ ਕੀ ਖਿਡਾਰੀ ਸਭ ਆਪਣੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਅਤੇ ਹੁਣ ਭਾਜਪਾ ਦੇ ਵੱਲੋਂ ਪੂਰਵੀ ਦਿੱਲੀ ਤੋਂ ਖਿਡਾਰੀ ਗੌਤਮ ਗੰਭੀਰ ਨੂੰ ਚੋਣਾਂ ਦੇ ਦੰਗਲ ਦੇ ਵਿੱਚ ਉਤਾਰ ਦਿੱਤਾ ਗਿਆ ਉੱਥੇ ਹੀ ਜੇ ਕਾਂਗਰਸ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਸਿੱਖ ਉਮੀਦਵਾਰ ਅਰਵਿੰਦ ਸਿੰਘ ਲਵਲੀ ਨੂੰ ਟਿਕਟ ਦਿੱਤੀ ਹੈ ਅਤੇ ਉੱਧਰ ਆਪ ਨੇ ਆਤਿਸ਼ਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਸਭ ਤੋਂ ਪਹਿਲਾਂ ਗੱਲ ਭਾਜਪਾ ਦੇ ਖਿਡਾਰੀ ਉਮੀਦਵਾਰ ਯਾਨੀ ਕਿ ਗੌਤਮ ਗੰਭੀਰ ਦੀ ਕਰਦੇ ਹਾਂ ਕ੍ਰਿਕਟ ਦੀ ਦੁਨੀਆ ਦੇ ਵਿੱਚ ਗੰਭੀਰ ਨੇ ਬਹੁਤ ਪਾਰੀਆਂ ਖੇਡੀਆਂ ਨੇ ਆਪਣਾ ਬਹੁਤ ਨਾਮ ਕਮਾਇਆ ਬਹੁਤ ਵੱਡੇ ਵੱਡੇ ਰਿਕਾਰਡ ਵੀ ਬਣਾਏ ਵੱਡੇ ਵੱਡੇ ਗੇਂਦਬਾਜ਼ਾਂ ਦੇ ਛੱਕੇ ਛੁਡਾਏ ਪਰ ਇਸ ਵਾਰ ਗੰਭੀਰ ਖੇਡ ਮੈਦਾਨ ਦੇ ਵਿੱਚ ਨਹੀਂ ਬਲਕਿ ਚੋਣਾਂ ਦੇ ਦੰਗਲ ਦੇ ਵਿੱਚ ਉਤਰੇ ਨੇ ਜੇਕਰ 2014 ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਮਹੇਸ਼ ਗਿਰ ਨੂੰ ਟਿਕਟ ਦਿੱਤੀ ਗਈ ਸੀ ਅਤੇ ਗਿਰ ਨੇ ਜਿੱਤ ਭਾਜਪਾ ਦੀ ਝੋਲੀ ਪਾਈ ਸੀ ਪਰ ਹੁਣ ਗਿਰ ਨੂੰ ਇੱਕ ਪਾਸੇ ਕਰਕੇ ਗੰਭੀਰ ਨੂੰ ਟਿਕਟ ਦਿੱਤੀ ਗਈ ਹੈ ਇੱਥੇ ਦੇਖਣਾ ਇਹ ਹੋਵੇਗਾ ਕਿ ਚੋਣਾਂ ਦੀ ਸਪਾਰੀ ਦੇ ਵਿੱਚ ਗੰਭੀਰ ਕਿਸ ਤਰ੍ਹਾਂ ਖੇਡਣਗੇ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਚੋਣਾਂ ਦੇ ਵਿੱਚ ਉਤਰੇ ਨੇ ਅਤੇ ਰਾਜਨੀਤੀ ਦੇ ਵਿੱਚ ਉਹਨਾਂ ਨੇ ਆਪਣਾ ਪੈਰ ਧਰਿਆ ਲੋਕਾਂ ਨੂੰ ਸੰਬੋਧਨ ਕਰਦਿਆਂ ਗੰਭੀਰ ਦਾ ਕਹਿਣਾ ਹੈ ਕਿ ਜਿਸ ਖੇਡ ਦੇ ਵਿੱਚ ਉਹ ਖੇਡੇ ਨੇ ਨਿਪੁੰਨ ਨੇ ਉਸ ਖੇਡ ਤੋਂ ਉਹਨਾਂ ਨੇ ਇੱਕ ਗੱਲ ਸਿੱਖੀ ਹੈ ਅਤੇ ਉਹ ਹੈ ਕਿ ਲੜਾਈ ਨੂੰ ਆਮੋ ਸਾਹਮਣੇ ਲੜਨਾ ਚਾਹੀਦਾ ਨਾ ਕਿ ਪਿੱਠ ਪਿੱਛੇ ਵਾਰ ਕਰਨੇ ਚਾਹੀਦੇ ਨੇ ਗੰਭੀਰ ਦਾ ਕਹਿਣਾ ਹੈ ਕਿ ਰਾਜਨੀਤੀ 'ਚ ਪੈਰ ਧਰਦੇ ਹੋਏ ਵਿਰੋਧੀਆਂ ਵੱਲੋਂ ਇਲਜ਼ਾਮ ਲਗਾਉਣੇ ਵੀ ਸ਼ੁਰੂ ਹੋ ਗਏ ਨੇ ਹਾਲਾਂਕਿ ਭਾਵੇਂ ਉਹਨਾਂ ਨੂੰ ਰਾਜਨੀਤੀ ਵਿੱਚ ਆਇਆ ਥੋੜ੍ਹੇ ਦਿਨ ਹੋਏ ਨੇ ਪਰ ਵਿਰੋਧੀਆਂ ਵੱਲੋਂ ਇਲਜ਼ਾਮ ਦੇ ਇਲਜ਼ਾਮ ਲਗਾਉਣ ਦਾ ਦੌਰ ਵੀ ਜਾਰੀ ਹੈ ਗੰਭੀਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜਿੱਥੇ ਬੋਲਰਾਂ ਨੂੰ ਉਹ ਆਪਣੇ ਇਰਾਦੇ ਸਪਸ਼ਟ ਕਰਦੇ ਸਨ ਉੱਥੇ ਹੀ ਵਿਰੋਧੀਆਂ ਨੂੰ ਆਪਣੇ ਇਰਾਦੇ ਵੀ ਸਪਸ਼ਟ ਕਰ ਦਿੱਤੇ ਨੇ ਕਿ ਉਹ ਗੁਗਲੀ ਨਾ ਫੇਕਣ ਕਿਉਂਕਿ ਉਹ ਕਿਸੇ ਦੀ ਗੁਗਲੀ ਦੇ ਵਿੱਚ ਫਸਣ ਵਾਲੇ ਨਹੀਂ ਔਰ ਆਪ ਸਭੀ ਭਾਈਓ ਬਹਿਨੋ ਕਾ ਮੈਂ ਦਿਲ ਸੇ ਸ਼ੁਕਰੀਆ ਅਦਾ ਕਰਨਾ ਚਾਹਤਾ ਹੂੰ ਕਿ ਆਪ ਸਭ ਲੋਗ ਯਹਾਂ ਪਰ ਇਤਨੀ ਬੜੀ ਸੰਖਿਆ ਮੈਂ ਆਏ ਆਪਨੇ ਮੁਝੇ ਮੌਕਾ ਦਿਆ ਕਿ ਮੈਂ 2 ਮਿੰਟ ਆਪਣਾ ਪਕਸ਼ ਰੱਖ ਸਕੂੰ ਦੇਖੀਏ ਮੁਝਸੇ ਪਿਛਲੇ 15 ਦਿਨ ਸੇ ਇੱਕ ਸਵਾਲ ਬਹੁਤ ਪੁੱਛਾ ਗਿਆ ਕਿ ਆਪਨੇ ਕ੍ਰਿਕਟ ਸੇ ਰਾਜਨੀਤੀ ਮੇਂ ਕਿਆ ਸਿੱਖਾ ਆਪਨੇ ਆਪਣੇ ਪਹਿਲੇ ਪ੍ਰੋਫੈਸ਼ਨ ਸੇ ਕਿਆ ਸਿੱਖਾ ਔਰ ਮੈਨੇ ਆਪਣੇ ਪਹਿਲੇ ਪ੍ਰੋਫੈਸ਼ਨ ਸੇ ਇੱਕ ਹੀ ਚੀਜ਼ ਸਿੱਖੀ ਥੀ ਕਿ ਲੜਾਈ ਲੜੋ ਤੋ ਆਮਨੇ ਸਾਹਮਣੇ ਕੀ ਪੀਠ ਪਿੱਛੇ ਕਾਇਆ ਲੜਤੇ ਹੈ ਔਰ ਪਿਛਲੇ 15 ਦਿਨ ਮੇਂ ਜਿਸ ਤਰੀਕੇ ਸੇ ਮੇਰੇ ਉੱਪਰ ਆਰੋਪ ਲਗਾਏ ਗਏ ਆਮ ਆਦਮੀ ਪਾਰਟੀ ਕੇ ਦੁਆਰਾ ਕਭੀ ਬੋਲਾ ਕਭੀ ਮੇਰਾ ਨਾਮੀਨੇਸ਼ਨ ਕੈਂਸਲ ਕਰਨੇ ਕੀ ਕੋਸ਼ਿਸ਼ ਕਰੀ ਗਈ ਕਭੀ ਮੇਰੇ ਅਗੇਂਸਟ FIR ਦਰਜ ਕਰਾਈ ਕਭੀ ਬੋਲਾ ਕਿ ਮੈਂ 240 ਦਿਨ ਦੇਸ਼ ਸੇ ਬਾਹਰ ਰਹੂੰਗਾ ਫਿਰ ਕਭੀ ਬੋਲਾ ਕਿ ਮੈਂ ਡਿਬੇਟ ਸੇ ਡਰ ਗਿਆ ਮੈਂ ਇਸ ਮੰਚ ਸੇ ਇੱਕ ਚੀਜ਼ ਕਹਿਣਾ ਚਾਹਤਾ ਹੂੰ ਕਿ ਜੋ ਵਿਅਕਤੀ ਪਾਕਿਸਤਾਨ ਸੇ ਨਹੀਂ ਡਰਾ ਉਹ ਇਨਕੀ ਡਿਬੇਟ ਸੇ ਕਿਆ ਡਰੇਗਾ ਫਿਰ ਹਮਾਰੇ ਚੀਫ ਮਿਨਿਸਟਰ ਨੇ ਬੋਲਾ ਕਿ ਜੋ ਅਭੀ ਹਾਲ ਹੀ ਮੇਂ ਉਨਕੇ ਸਾਥ ਹੁਆ ਹੈ ਕਿ ਵੋ ਭਾਰਤੀਯ ਜਨਤਾ ਪਾਰਟੀ ਨੇ ਕਰਾਇਆ ਔਰ ਮੈਂ ਇਸ ਮੰਚ ਸੇ ਉਨਕੋ ਯੇ ਕਹਿਣਾ ਚਾਹਤਾ ਹੂੰ ਕਿ ਵੋ ਅਭੀ ਇਤਨੇ ਬੜੇ ਨੇਤਾ ਬਨੇ ਨਹੀਂ ਹੈ ਕਿ ਉਨਕੇ ਕਿ ਭਾਰਤੀਯ ਜਨਤਾ ਪਾਰਟੀ ਕੋ ਉਨਕੇ ਬਾਰੇ ਮੇਂ ਸੋਚਨੇ ਕੀ ਜ਼ਰੂਰਤ ਪੜੇਗੀ ਹਰ ਚੀਜ਼ ਮੇਂ ਪਿਛਲੇ 4.5 ਸਾਲ ਮੇਂ ਆਪਣੀ ਨਾਕਾਮੀਓ ਕੋ ਛੁਪਾਨੇ ਕੇ ਲੀਏ ਸਿਰਫ ਭਾਰਤੀਯ ਜਨਤਾ ਪਾਰਟੀ ਕੋ ਬਲੇਮ ਕੀਆ ਗਿਆ ਇਤਨੇ ਬੜੇ ਬੜੇ ਸਪਨੇ ਦਿਖਾਏ ਗਏ ਦਿੱਲੀ ਵਾਸੀਓ ਕੋ 4.5 ਸਾਲ ਪਹਿਲੇ ਕਿ ਹਮ ਦਿੱਲੀ ਕੋ ਲੰਡਨ ਬਣਾਏਂਗੇ ਪੈਰਿਸ ਬਣਾਏਂਗੇ ਔਰ ਪਤਾ ਨਹੀਂ ਕਿਆ ਕਿਆ ਬਣਾਏਂਗੇ ਲੇਕਿਨ ਮੈਂ ਆਪਕੋ ਯਹਾਂ ਪਰ ਆਸ਼ਵਾਸਨ ਦੇਤਾ ਹੂੰ ਕਿ ਹਮ ਦਿੱਲੀ ਕੋ ਨਾ ਲੰਡਨ ਨਾ ਪੈਰਿਸ ਹਮ ਦਿੱਲੀ ਕੋ ਦਿੱਲੀ ਬਣਾਏਂਗੇ ਇੱਕ ਐਸੀ ਦਿੱਲੀ ਜਹਾਂ ਪਰ ਹਮ ਸਭ
खुशी से रह सकें, जहाँ पर हम साफ हवा में सांस ले सकें, साफ पानी पी सकें, महिलाओं के लिए सुरक्षा हो, जहाँ पर महिलाएं सुरक्षित फील करें। हम कोई भी झूठे सपने नहीं दिखाएंगे। मैं भारतीय जनता पार्टी में इसलिए आया, हमारे प्रधानमंत्री जी से प्रभावित होकर जिस तरीके से उनका सपना है इस देश को सुपर पावर बनाने का, जिस तरीके से उन्होंने, चाहे वो पाकिस्तान हो चाहे वो चाइना हो, उनकी आंखों में आंखें डाल के जवाब दिया है, उससे प्रभावित होकर ये देश एक ऐसे मोड़ पर खड़ा है जहां पर आपको एक स्ट्रांग लीडर, एक स्ट्रांग लीडरशिप की ज़रूरत है, और वही हमारे प्रधानमंत्री जी ने पिछले 5 साल में किया। मैं भारतीय जनता पार्टी में इसलिए आया क्योंकि जो हमारे प्रधानमंत्री जी की लेगेसी है उसको आगे लेके जाऊं, एक सच्ची नीयत के साथ, एक सच्चे दिल के साथ। आप सभी लोगों की सेवा करने के लिए उतरा हूं, आप सभी लोगों का आशीर्वाद की जरूरत है, आप सब यहां पर आए इसका दिल से धन्यवाद। जय हिंद, जय भारत। आतिशा ने अपने विरोधियों नु खरिया खरिया सुना दिया, कहा कि अरविंद सिंह लवली ता हुण तक स्पष्ट ही नहीं कर पाए कि वह किस पार्टी नाल ने, भाजपा नाल ने या फिर कांग्रेस दे नाल, ओह कित्थों चोण लड़नगे। उधर दूजे पासे भाजपा दे उम्मीदवार गौतम गंभीर ते वी उन्होंने तिखा तंज कस दिता ते कहा कि गंभीर ने इस दे विच कोई शक नहीं कि देश दा नाम रोशन किया है, कई मुकाम हासिल किए ने, पर राजनीति की खेड का उन्होंने पता ही नहीं, क्योंकि गंभीर ने खुद आख्या है कि उन्होंने डिबेट करने के लिए 2.5 साल चाहिए ने, क्योंकि पूरी दिल्ली के अलग अलग हिस्सों की अलग अलग समस्याएं हैं। शुरू से ही आम आदमी पार्टी, आपको याद होगा जब 2013 का भी चुनाव हुआ था तब पहली बार आम आदमी पार्टी ने 70 विधानसभाओं के लिए 70 अलग अलग मैनिफेस्टो बनाए थे कि जो वहाँ पे उस इलाके के लोकल इश्यूज हैं उनको एड्रेस करने के लिए मैनिफेस्टोज बनाए गए थे। इस बार फिर से वही प्रयास आम आदमी पार्टी ने किया है और 7 लोकसभा सीट्स के लिए हम अलग अलग मैनिफेस्टोज रिलीज कर रहे हैं। जो ईस्ट दिल्ली का मैनिफेस्टो है उसको हमने 3-4 अलग अलग पार्ट्स में डिवाइड किया है, जिसमें बेसिकली की हाईलाइट एरियाज हैं एजुकेशन, एम्प्लॉयमेंट एंड लाइवलीहुड, हेल्थ केयर, लॉ एंड ऑर्डर, क्लेंलीनेस एंड सैनिटेशन, एनवायरमेंट एंड पार्क्स। पूर्वी दिल्ली में जो एक पहला सबसे बड़ा इम्पॉर्टेंट मुद्दा है वो महिलाओं की सुरक्षा का है। अगर आप अक्रॉस ईस्ट दिल्ली देखिए, उसमें चाहे जो गरीब इलाके हों, चाहे लोअर मिडिल क्लास इलाके हों, जिसमें कल्याणपुरी, त्रिलोकपुरी, कोंडली इत्यादि, या मदनपुर खादर, जे कॉलोनी जैसे रीसेटलमेंट कॉलोनीज हों, वहाँ पे लॉ एंड ऑर्डर और महिलाओं की सिक्योरिटी से जुड़ा जो बहुत बड़ा मुद्दा हमें पूरी एरिया की महिलाओं से सामने आया वो ये था कि पूरे एरिया में नकली दारू बिकती है और नशा बिकता है, और उसकी वजह से शाम को 6 बजे के बाद किसी भी महिला का अपने घर के बाहर कदम रखना बहुत मुश्किल है। ये इश्यूज़ को बार बार त्रिलोकपुरी की महिलाएं, मदनपुर खादर, जे कॉलोनी की महिलाओं ने पुलिस के सामने रखा है, पर पुलिस का इस इल्लीगल लिकर पे और ड्रग्स की सेल पर बिल्कुल भी कोई एक्शन नहीं रहा है। सेकंड, आप उसी तरह से अगर जो थोड़े से अपार्टमेंट्स और विहारों वाले इलाके हैं, चाहे मयूर विहार हो, वसुंधरा इंक्लेव हो, वहाँ पे जब हम लोकल महिलाओं के साथ बैठे तो ये समझ में आया कि एक बिल्कुल ही दूसरी सोशल क्लास की महिलाओं की भी यही समस्या है कि वो अपने घरों से बाहर ब्रेड और अंडा भी खरीदने नहीं जा सकती हैं शाम को 7 बजे के बाद, क्योंकि चेन स्नैचिंग और मोबाइल स्नैचिंग, और ये सिर्फ महिलाओं के लिए नहीं है, बुजुर्गों के लिए भी उतना ही सीरियस मुद्दा है कि जो सारे अपार्टमेंट कॉम्प्लेक्सेस वाले एरिया हैं वहाँ पे अक्रॉस द बोर्ड सब ने ये कहा है कि हम असुरक्षित महसूस करते हैं। तो हमारा इस बार, जैसे आप जानते हैं, आम आदमी पार्टी पूर्ण राज्य को लेके चुनाव लड़ रही है और पूर्वी दिल्ली में खासकर पूर्ण राज्य के दर्जे का महिलाओं की सुरक्षा के लिए बहुत बड़ा महत्व है, क्योंकि पूर्वी दिल्ली में PCR वैन्स की शायद सबसे कम संख्या है बाकी दिल्ली के कंपैरिजन में। ये एविडेंस एनेक्डोटल है, हमारे अपने ग्राउंड लेवल पे रहने के आधार पर है। तो हम अपने मैनिफेस्टो में
पुलिस लॉ एंड ऑर्डर सिक्योरिटी से रिलेटेड कई मुद्दे सामने रख रहे हैं. एक पीसीआर वैन्स की कवरेज बढ़ाना कि जितनी पीसीआर वैन्स पर लोकेलिटी पर वार्ड में मिनिमम 4 पीसीआर वैन्स होने की ज़रूरत है इस एरिया में. 39 वार्ड्स हैं तो 39 × 4 156 मिनिमम पीसीआर वैन्स की हमने बात की है. हर वार्ड में हमने एक महिला थाने की बात करी है. हर वार्ड में हमने एक महिला थाने की बात करी है कि महिलाएं वहां पे जाकर सेफली एक्सेस कर सके. तीसरी, हमने एक पुलिस के सोशल ऑडिट की बात करी है. हमने ये मॉडल सक्सेसफुली स्कूल्स में दिल्ली में ट्राई किया है जहाँ पे SMCs के माध्यम से, स्कूल मैनेजमेंट कमिटीज के माध्यम से पेरेंट्स का पार्टिसिपेशन बढ़ाया गया. उसी तरह से पुलिस थानों में एक सोशल ऑडिट कि वहाँ के लोकेलिटी के लोगों को हम पुलिस से आमने सामने कर सकें, सब लोग एक साथ बैठ सकें और वहाँ के इश्यूज़ को रिजॉल्व कर सकें. ये इशू है लॉ एंड ऑर्डर एंड सिक्योरिटी का. दूसरा इससे रिलेटेड एक इशू है जो एक लॉ एंड ऑर्डर और से ही जुड़ा इशू है कि ईस्ट दिल्ली में बहुत सारी DDA की रोड्स हैं और इन DDA की रोड्स पे लाइटिंग की बहुत बड़ी समस्या है क्योंकि DDA की रोड्स पे MLA फंड से या दिल्ली सरकार का पैसा नहीं लग सकता. वहाँ पे NOC भी नहीं देती है DDA, वो खुद लगाती है. मतलब उन्हें खुद लगाना होता है पर वो लगाते नहीं हैं. ईस्ट दिल्ली में खास करके जो हमारा कोंडली असेंबली एरिया है वहाँ पे कई जो मेन आर्टीरियल रोड्स हैं उस पर लाइटिंग नहीं है. आपको याद होगा आज से करीब 6 महीने पहले वसुंधरा इंक्लेव के पास एक 8 साल की बच्ची का रेप हो गया था उसी सड़क पर जो DDA की है और वहाँ पर लाइटिंग नहीं है. तो हमारा तीसरा लॉ एंड ऑर्डर और सिक्योरिटी से जुड़ा एक बड़ा प्रॉमिस है कि हम जो DDA की सारी सड़कें हैं वहाँ पर लाइटिंग इंश्योर करेंगे. हमारा एक कमिटमेंट पहले से ही एजुकेशन के प्रति रहा है. ईस्ट दिल्ली में एक यूनिवर्सिटी कैंपस ऑलरेडी हम खोल चुके हैं जो दिल्ली टेक्नोलॉजिकल यूनिवर्सिटी का यूनिवर्सिटी कैंपस है. सेकेंड, एक यूनिवर्सिटी कैंपस खोलने का हमारा कमिटमेंट है. ये MP के माध्यम से DDA की लैंड, अगर हम वहाँ पे DDA से हम लैंड दिलवा के और दिल्ली सरकार के कोलैबोरेशन में ईस्ट दिल्ली में एक यूनिवर्सिटी कैंपस खोलने का कमिटमेंट हम इस मैनिफेस्टो में कर रहे हैं. तीसरा एक इम्पॉर्टेंट इशू है हेल्थ केयर, जो काफ़ी सारी डिटेल्स और एनालिसिस हैं ये तो आपके सामने रख देंगे. एक बहुत इम्पॉर्टेंट हेल्थ केयर से जुड़ा मुद्दा है एक सुपर स्पेशलिटी हॉस्पिटल का. पुश्ते वाली सड़क पे गीता कॉलोनी के सामने एक DDA की लैंड मास्टर प्लान में हॉस्पिटल के लिए निर्धारित है. पिछले 3 साल से काफ़ी कोशिश के बाद भी DDA ने वो लैंड अलॉट नहीं किया है. ईस्ट दिल्ली के मैनिफेस्टो में हम ये कमिट कर रहे हैं कि DDA से वो लैंड हम दिल्ली सरकार को दिलवा के आने वाले 5 साल में गीता कॉलोनी के सामने एक सुपर स्पेशलिटी हॉस्पिटल की शुरुआत करेंगे. क्योंकि अभी ईस्ट दिल्ली में जो पूरा जमुना पार वाला इलाका है सिर्फ 3 अस्पताल हैं, लाल बहादुर शास्त्री, हेगदेवार और GGB. और ये पूरी दिल्ली का सबसे डेंसली पॉपुलेटेड एरिया है और इस एरिया में बहुत सीरियस नीड है और हॉस्पिटल्स की और हेल्थ केयर की. लास्टली, एनवायरमेंट से रिलेटेड 2 इम्पॉर्टेंट वादे हैं. एक, सुएज ट्रीटमेंट प्लांट्स. ईस्ट दिल्ली तकरीबन 80% अनऑथराइज कॉलोनीज में है, बस्ती है. ये सारा एरिया ओवर द ईयर्स निगलेक्ट किया गया था पुरानी सरकारों द्वारा. वहाँ पे सड़क, नाली, सीवर वगैरह का काम नहीं हुआ. और आज जो यमुना में पॉल्यूशन का एक बहुत बड़ा कारण है वो ये है कि एफ्लुएंट सीधा दिल्ली की अनऑथराइज कॉलोनीज से यमुना में डायरेक्टली जाता है. तो माइक्रो सुएज ट्रीटमेंट प्लांट्स को पूर्वी दिल्ली के अलग अलग हिस्सों में लगवाना हमारे मैनिफेस्टो का एक इम्पॉर्टेंट हिस्सा है. लास्टली, इस पूरे बेल्ट में DDA के बहुत सारे पार्क्स हैं. वो DDA के पार्क्स आजकल बिल्कुल एक निगलेक्टेड स्थिति में हैं. उन पर बिल्कुल भी देखरेख नहीं होती है.
वो आजकल आप और हम सब जानते हैं स्मैकियों के अड्डे बन गए हैं। तो DDA की पार्क्स का मेंटेनेंस और DDA के पार्क्स को खासकर बच्चों और सिटीजन्स के लिए फ्रेंडली बनवाना ये हमारे मैनिफेस्टो का। जे गल कांग्रेस दे अरविंद सिंह लवली दी करिए तां पंजाब तो बाहर हुण तक इकल्ले सिख कैंडिडेट नूं किसे पार्टी ने टिकट दित्ती है। लवली दिल्ली सरकार दे विच मंत्री वी रह चुके ने अते दिल्ली कांग्रेस दे प्रधान ते वी अहुदे ते काम कर चुके ने। काबले जिक्र है कि लवली ने भाजपा दा हथ वी फड़िया सी अते मुड़ तों कांग्रेस दा पल्ला फड़ लिया ते गांधी नगर तों वी उह विधायक रह चुके ने। नाले शीला दीक्षित दी सरकार समय मंत्री वी रहे। जे सीट दे इतिहास दी गल करिए ਤਾਂ 1967 ਤੋਂ ਲੈ ਕੇ 2014 ਤੱਕ 14 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਅਤੇ ਲਵਲੀ ਦਾ ਕਹਿਣਾ ਹੈ ਕਿ ਉਹ ਰਾਹੁਲ ਗਾਂਧੀ ਦਾ ਟਿਕਟ ਦੇਣ ਤੇ ਧੰਨਵਾਦ ਕਰਦੇ ਨੇ ਤੇ ਉਮੀਦ ਹੈ ਕਿ ਅੱਗੋਂ ਤੋਂ ਹੋਰ ਵੀ ਸਿੱਖ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ। ਨਾਲ ਹੀ ਕਿਹਾ ਕਿ ਉਹਨਾਂ ਦੇ ਜੋ ਭਾਜਪਾ ਨੇ ਮਹੇਸ਼ ਗਿਰ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਕਿਉਂਕਿ ਉਹ ਲੋਕਾਂ ਨੂੰ ਕਦੇ ਮਿਲਦੇ ਹੀ ਨਹੀਂ ਸਨ ਤੇ ਇਹੀ ਹਾਲ ਹੁਣ ਗੌਤਮ ਗੰਭੀਰ ਦਾ ਹੋਵੇਗਾ ਕਿਉਂਕਿ ਉਹ ਲੋਕਾਂ ਨੂੰ ਮਿਲਣਗੇ ਹੀ ਨਹੀਂ। ਲਵਲੀ ਨੇ ਭਾਜਪਾ ਤੇ ਜੰਮ ਕੇ ਤੰਜ ਕੱਸੇ ਅਤੇ ਨਾਲ ਹੀ ਕਿਹਾ ਕਿ ਉਹ ਇੱਥੋਂ ਦੇ ਹੀ ਰਹਿਣ ਵਾਲੇ ਨੇ ਅਤੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਇੱਥੇ ਹੀ ਰਹਿਣਗੇ। ਲਵਲੀ ਨੇ ਆਪ ਨੂੰ ਵੀ ਜੰਮ ਕੇ ਭੰਡਿਆ ਅਤੇ ਕਿਹਾ ਕਿ ਆਪ ਦਾ ਲਾਲਚ ਤਾਂ ਖਤਮ ਹੀ ਨਹੀਂ ਹੁੰਦਾ ਅਤੇ ਨਾ ਹੀ ਉਹਨਾਂ ਦੇ ਲਾਲਚ ਦੀ ਕੋਈ ਸੀਮਾ। ਆਤਿਸ਼ਾ ਤੇ ਸ਼ਬਦੀ ਹਮਲੇ ਕਰਦਿਆਂ ਲਵਲੀ ਨੇ ਕਿਹਾ ਕਿ 1.5 ਸਾਲ ਪਹਿਲਾਂ ਹੀ ਉਹ ਵੋਟਾਂ ਦੇ ਵਿੱਚ ਆ ਗਏ ਸਨ ਸਿਰਫ ਵੋਟਾਂ ਲੈਣ ਦੇ ਲਈ, ਜਦਕਿ ਉਹਨਾਂ ਨੇ 35 ਸਾਲ ਤੱਕ ਲੋਕਾਂ ਦੀ ਸੇਵਾ ਕੀਤੀ ਹੈ ਜੋ ਕਿ ਆਮ ਆਦਮੀ ਪਾਰਟੀ ਨਹੀਂ ਕਰ ਸਕਦੀ। ਲਵਲੀ ਦਾ ਕਹਿਣਾ ਹੈ ਕਿ ਨਿੱਜੀ ਤੌਰ ਤੇ ਉਹ ਲੋਕਾਂ ਨੂੰ ਜਾਣਦੇ ਨੇ ਅਤੇ ਆਪਣੀ ਜਿੱਤ ਦਾ ਦਾਅਵਾ ਵੀ ਪੂਰੀ ਤਰ੍ਹਾਂ ਠੋਕ ਰਹੇ ਨੇ। ਦੇਖੋ, ਜਮਨਾ ਪਾਰ ਦੇ ਲੋਕਾਂ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਔਰ ਸਾਡੇ ਸਿੱਖਾਂ ਚ ਵੀ ਬੜੇ ਟਾਈਮ ਬਾਅਦ ਟਿਕਟ ਮਿਲੀ ਹੈ। ਜਮਨਾ ਪਾਰ ਤੋਂ ਪਹਿਲੀ ਵਾਰੀ ਕਿਸੇ ਜਮਨਾ ਪਾਰ ਦੇ ਰਹਿਣ ਵਾਲੇ ਨੂੰ ਟਿਕਟ ਮਿਲੀ ਹੈ ਤੇ ਪੂਰੇ ਪੰਜਾਬੀਆਂ ਸਿੱਖਾਂ ਸਾਰੀ ਕਮਿਊਨਿਟੀ ਬੜਾ ਜੋਸ਼ ਹੈ ਔਰ ਮੈਨੂੰ ਉਮੀਦ ਹੈ ਕਿ ਇਹ ਇਲੈਕਸ਼ਨ ਹਰਵਿੰਦਰ ਸਿੰਘ ਲਵਲੀ ਔਰ ਕਾਂਗਰਸ ਦਾ ਨਹੀਂ ਹੈ, ਇਹ ਇਲੈਕਸ਼ਨ ਜਮਨਾ ਪਾਰ ਦੇ ਲੋਕਾਂ ਦਾ ਇਲੈਕਸ਼ਨ ਬਣ ਗਿਆ। ਦੇਖੋ, ਇਹ ਸ਼ੁਰੂਆਤ ਹੋਈ ਹੈ ਔਰ ਮੈਨੂੰ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਨੇ ਇਹ ਸ਼ੁਰੂਆਤ ਕੀਤੀ ਹੈ, ਅੱਗੇ ਹੋਰ ਵੀ ਲੋਕਾਂ ਨੂੰ ਮਿਲੇਗੀ। ਦੇਖੋ, ਮਹੇਸ਼ਗਿਰੀ ਦੀ ਟਿਕਟ ਇਸ ਕਰਕੇ BJP ਨੇ ਕੱਢੀ ਕਿ ਉਹ ਲੋਕਾਂ ਨੂੰ ਮਿਲਦੇ ਨਹੀਂ ਸਨ। ਉਹ ਜਦ ਲੋਕਾਂ ਨੂੰ ਨਹੀਂ ਮਿਲਦੇ ਸਨ ਤਾਂ ਗੌਤਮ ਗੰਭੀਰ ਜੋ ਕ੍ਰਿਕਟਰ ਹੈ ਉਹ ਕਿਸ ਤਰ੍ਹਾਂ ਮਿਲ ਸਕਦਾ? ਇਹ BJP ਆਪਣੇ ਆਪ ਨੂੰ ਕੰਟਰਡਿਕ ਕਰ ਰਹੀ ਹੈ। ਪਹਿਲੇ ਚੇਤਨ ਚੌਹਾਨ ਨੂੰ ਵੀ ਲੈ ਕੇ ਆਏ ਸਨ ਇਸ ਤੋਂ ਪਹਿਲੇ, ਉਹਨਾਂ ਦਾ ਵੀ ਕੁਝ ਪਤਾ ਤਾਂ ਨਹੀਂ ਹੈ ਇਲੈਕਸ਼ਨ ਤੋਂ ਬਾਅਦ ਕਿੱਧਰ ਗਏ। ਤੇ ਜਮਨਾ ਪਾਰ ਦੇ ਲੋਕ ਐਸੀ ਚੀਜ਼ਾਂ ਤੋਂ ਤ੍ਰਸਤ ਨੇ ਕਿ ਇਹੋ ਜਿਹੇ ਲੋਕ ਆਉਂਦੇ ਨੇ ਜਿਹੜੇ ਚੁਣਾਵ ਜਿੱਤ ਜਾਂਦੇ ਨੇ ਉਹ ਕਦੀ ਕਦੀ ਆਉਂਦੇ ਨੇ, ਹਾਰ ਜਾਣ ਤਾਂ ਬਿਲਕੁਲ ਨਹੀਂ ਆਉਂਦੇ। ਮੈਂ ਇੱਥੇ ਹੀ ਪੈਦਾ ਹੋਇਆ, ਇੱਥੇ ਹੀ ਬੜਾ ਹੋਇਆ, ਇੱਥੇ ਦੀ ਪੋਲਿਟਿਕਸ ਹੈ ਅਤੇ ਇੱਥੇ ਹੀ ਰਹਿਣਾ। ਦੇਖੋ, ਅਸੀਂ ਕੋਸ਼ਿਸ਼ ਉਹਨਾਂ ਨੇ ਜਦ ਪਹਿਲ ਕੀਤੀ ਸੀ ਤਾਂ ਅਸੀਂ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦੀ ਲਾਲਚ ਦੀ ਕੋਈ ਸੀਮਾ ਨਹੀਂ ਸੀ। ਸਾਡਾ ਕੈਡਰ ਅਲੱਗ ਹੀ ਗਠਬੰਧਨ ਦੇ ਖਿਲਾਫ ਸੀ ਕਿਉਂਕਿ ਇਹਨਾਂ ਦੇ ਖਿਲਾਫ ਬੜੀ ਐਂਟੀ ਇਨਕੰਬੈਂਸੀ ਹੈ। ਫਿਰ ਵੀ ਰਾਹੁਲ ਜੀ ਨੇ ਵੱਡਾ ਦਿਲ ਦਿਖਾਇਆ, ਪਰ ਇਹਨਾਂ ਦਾ ਲਾਲਚ ਕੰਮ ਨਹੀਂ ਹੋ ਰਿਹਾ ਸੀ। ਲੇਕਿਨ ਹੁਣ ਜਿਸ ਤਰੀਕੇ ਦਾ ਮਾਹੌਲ ਨਜ਼ਰ ਆ ਰਿਹਾ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਦਿੱਕਤ ਹੈ। 1.5 ਸਾਲ ਪਹਿਲੇ ਉਹ ਇਲੈਕਸ਼ਨ ਲੜਨ ਵਾਸਤੇ ਆਏ ਨੇ, ਸੇਵਾ ਵਾਸਤੇ ਨਹੀਂ ਆਏ। ਅਸੀਂ 35 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ। ਲੋਕਾਂ ਨਾਲ ਮੇਰਾ ਇੱਕ ਪਰਸਨਲ ਰਿਸ਼ਤਾ ਹੈ, ਕੋਈ ਗਲੀ FOG ਨਹੀਂ ਹੈ ਜਿਹਦੇ 'ਚ ਮੈਂ ਕਿਸੇ ਨੂੰ ਜਾਣਦਾ ਨਾ ਹੋਵਾਂ। ਇਹ ਇੱਕ ਪਰਸਨਲ ਰਿਸ਼ਤਾ ਹੈ ਅਤੇ ਉਹ ਸਭ ਨੂੰ ਮੇਰਾ ਕੰਮ ਪਤਾ ਹੈ, ਸਭ ਨੂੰ ਮੇਰਾ ਸੁਭਾਅ ਪਤਾ ਹੈ। ਦਿੱਕਤ ਉਹਨਾਂ ਵਾਸਤੇ ਜਿਹੜੇ ਬਾਹਰ ਦੇ ਨੇ, ਉਹ ਇਲੈਕਸ਼ਨ ਲੜ ਰਹੇ, ਮੈਂ ਆਪਣੇ ਘਰ ਦੇ ਲੋਕਾਂ ਨੂੰ ਮਿਲਣ ਜਾ ਰਿਹਾ। ਬਹੁਤ ਸਾਰੇ ਮੁੱਦੇ ਨੇ, ਸੀਲਿੰਗ ਦਾ ਮੁੱਦਾ ਹੈ, ਟਰਾਂਸਪੋਰਟੇਸ਼ਨ ਦਾ ਸਿਸਟਮ ਦਾ ਹੈ, ਯਮੁਨਾ 'ਚ ਨਵਾਂ ਪੁੱਲ ਲੋਹੇ ਵਾਲੇ ਪੁੱਲ ਦੀ ਜਗ੍ਹਾ ਬਣਾਉਣ ਦਾ ਮੁੱਦਾ ਹੈ, ਮੈਟਰੋ ਰੇਲ ਮੋਨੋ ਰੇਲ ਉਹਦਾ ਵਧਾਉਣ ਦਾ ਕੰਮ ਹੈ, ਕਾਲਜ ਸਕੂਲ ਕਾਲਜਿਸ, ਬਹੁਤ ਸਾਰੇ ਮੁੱਦੇ ਨੇ। ਹਰ ਕੋਲਨੀ ਪਾਣੀ ਦੀ ਸਮੱਸਿਆ ਅਜੇ ਵੀ ਤਿਰਲੋਕਪੁਰੀ ਕੋਲਨੀ ਵਰਗੀ ਕਲੋਨੀਆਂ 'ਚ ਹੈਗੀ ਹੈ। ਬਹੁਤ ਸਾਰੇ ਹਰ ਕੋਨਸਟੀਚੁਐਂਸੀ ਦੇ ਅਲੱਗ ਅਲੱਗ ਇਸ਼ੂ ਨੇ। ਸਿੱਖਾਂ ਦੀ ਕਮਿਊਨਿਟੀ ਨੂੰ ਜ਼ਰੂਰ ਬਿਲੋਂਗ ਕਰਨਾ ਔਰ ਉਹਨਾਂ ਦਾ ਆਸ਼ੀਰਵਾਦ ਵੀ ਮੈਨੂੰ ਮਿਲ ਰਿਹਾ, ਪਰ ਸਭ ਲੋਕਾਂ ਦਾ ਮਿਲ ਰਿਹਾ। ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਦਿੱਤਾ ਸੀ ਦਿੱਲੀ, ਹੋਰ ਵੀ ਜਿਹੜੇ ਸਿੱਖਾਂ ਦੇ ਮਿਸਾਈਲ ਨੇ ਉਹਨਾਂ ਨੂੰ ਦੂਰ ਕਰਾਂਗੇ। ਅਸੀਂ ਕਹਿਣਾ ਚਾਹਾਂਗੇ, ਸਭ ਲੋਕਾਂ ਨੂੰ ਅਰਦਾਸ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਲਵਲੀ ਜੀ ਨੂੰ ਭਾਰੀ ਤੋਂ ਭਾਰੀ ਬਹੁਤ ਵਿਸ਼ਾ ਬਣਾਓ, ਜਿਸ ਕੇ ਜਿੱਤ ਕੇ ਅਗਰ ਸਾਡਾ ਬੰਦਾ ਆਉਣਾ ਹੈ ਤਾਂ ਜੋ ਵੀ ਇਲਾਕੇ ਦੇ ਕੰਮ ਹੈਗੇ ਨੇ ਜੋ ਪਿਛਲੇ 5 ਸਾਲ ਦੇ ਅੰਦਰ ਇਲਾਕੇ ਦੀ ਹਾਲਤ ਖਰਾਬ ਹੋਈ ਹੈ ਉਹ ਅਸੀਂ ਉਹਨੂੰ ਠੀਕ ਕਰਨਾ ਚਾਹੁੰਦੇ ਹਾਂ। ਸਾਰੇ ਕੰਮ ਜੋ ਪੈਂਡਿੰਗ ਹੈਗੇ ਨੇ ਉਹ ਅਸੀਂ ਠੀਕ ਕਰਵਾਉਣਾ ਚਾਹੁੰਦੇ ਹਾਂ ਸਾਰੇ ਨਹੀਂ। ਪਾਰਟੀ ਦੇ ਆਲੂ ਵਾਲੇ ਸਾਹਿਬ ਨੂੰ ਉਹਨਾਂ ਸੀਟ ਬੋਲ ਦਿੱਤੀ, ਆਲੂ ਵਾਲੇ ਸਾਹਿਬ ਉੱਥੇ ਲੜਨ ਜਾਂਦੇ ਸੀ, ਉਹ ਸਿੱਖਾਂ ਨੂੰ ਦੇਣ ਜਾਂਦੇ ਸੀਟ। ਬਈ ਕਾਂਗਰਸ ਨੇ ਸਿੱਖਾਂ ਨੂੰ ਸੀਟ ਦਿੱਤੀ ਹੈ, ਦਿੱਲੀ ਅੰਡਾ ਸਿੱਖਾਂ ਨੂੰ ਸੀਟ ਦੇ ਕੇ ਹੁਣ ਮਾਨ ਵਧਾਇਆ, ਪੰਜਾਬ ਵੀ ਸਿੱਖਾਂ ਨੂੰ ਸੀਟ ਦਿੱਤੀ ਹੈਗੀ ਹੈ। ਸਾਡਾ ਸੀਟ ਨੁਮਾਇੰਦੇ ਬਣੋਗੇ ਤਾਂ ਸਾਡਾ ਸੀਟ ਨੁਮਾਇੰਦੇ ਜ਼ਿਆਦਾ ਹੈਗੇ ਨੇ, ਉਹਨਾਂ ਦੇ ਮੁਕਾਬਲੇ ਸਾਡਾ ਇੱਕੋ ਹੈਗਾ, ਸਾਡੇ ਪੰਜਾਬ ਨੂੰ ਮਿਲਾ ਲਓ ਜ਼ਿਆਦਾ ਹੈਗੇ ਨੇ ਸਾਡੇ। ਪੰਜਾਬੀ ਯੁਵਾ ਸੰਗਠਨ ਪੂਰਾ ਲਵਲੀ ਜੀ ਦੇ ਸਮਰਥਨ ਨੇ ਆਸਤ ਹੈਗਾ, ਲਵਲੀ ਜੀ 24 ਘੰਟੇ ਕੰਮ ਕਰਦੇ ਹੈਗੇ ਨੇ ਔਰ ਲਵਲੀ ਜੈਸਾ ਬੰਦਾ ਪੂਰੇ ਯਮੁਨਾ ਪਾਰ ਨੂੰ ਸਾਨੂੰ ਨਹੀਂ ਮਿਲ ਸਕਦਾ। ਗੌਤਮ ਗੰਭੀਰ ਬਾਹਰ ਦੇ ਹੈਗੇ, ਬਾਹਰ ਦੇ ਰਹਿਣਗੇ, ਲਵਲੀ ਜੀ ਆਪਣੇ ਆਪਣੇ ਆਪਣੇ। ਔਰ ਅਸੀਂ ਅੱਜ ਇੱਕ ਗੱਲ ਕਹਿਣਾ ਚਾਹਾਂਗੇ, ਸਾਡੇ ਪੂਰਵੀ ਦਿੱਲੀ 'ਚ ਪਹਿਲੀ ਵਾਰ ਇੱਕ ਇਤਿਹਾਸਿਕ ਕਾਰਜ ਹੋਣ ਜਾ ਰਿਹਾ ਹੈ ਕਿ ਜਿਹੜਾ ਰਾਹੁਲ ਗਾਂਧੀ ਜੀ ਨੇ ਖੇਤਰ ਦੇ ਲੋਕਲ ਨੁਮਾਇੰਦੇ ਨੂੰ ਟਿਕਟ ਦਿੱਤੀ ਹੈ ਔਰ ਇਹ ਟਿਕਟ ਦੇਖ ਕੇ ਉਹਨਾਂ ਨੇ
ਇਹ ਕੰਮ ਇੰਨਾ ਵਧੀਆ ਕਰਦਾ ਹੈ ਕਿ ਸਾਡੇ ਉੱਤੇ ਕਿ ਅਸੀਂ ਇਸ ਸੀਟ ਨੂੰ ਹਰ ਹਾਲ 'ਚ ਜਿੱਤੇ, ਕਿਉਂਕਿ ਸਾਹਮਣੇ ਜਿਹੜੇ ਪੈਰਾਸ਼ੂਟ ਤੋਂ ਕੈਂਡੀਡੇਟ ਉਤਾਰੇ ਗਏ ਉਹ ਕੈਂਡੀਡੇਟ ਅੱਜ ਕੋਈ ਮਾਇਨੇ ਨਹੀਂ ਰੱਖਦੇ। ਅਰਵਿੰਦਰ ਸਿੰਘ ਲਵਲੀ ਜੀ ਦਾ ਇਤਿਹਾਸ ਬੋਲਦਾ ਹੈ, 10 ਸਾਲ ਉਹਨਾਂ ਨੇ ਮੰਤਰੀ ਕਾਲ 'ਚ ਜੋ ਕਾਰੇ ਆਪਣੇ ਦਿੱਲੀ ਸਰਕਾਰ 'ਤੇ ਰਹਿੰਦੇ ਹੋਏ ਕੀਤੇ, ਔਰ ਅੱਜ ਉਹਨਾਂ ਨੂੰ ਇਹ ਮੌਕਾ ਮਿਲਿਆ ਕਿ ਸਾਂਸਦ ਦਾ ਪ੍ਰਤੀਨਿਧੀ ਕਰਨ ਵਾਸਤੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਚੁਣ ਕੇ ਭੇਜਿਆ, ਅਤੇ ਅਸੀਂ ਵੀ ਲੋਕ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਸਾਂਸਦ ਹੋਏ ਅਤੇ ਅਰਵਿੰਦਰ ਸਿੰਘ ਲਵਲੀ ਜੀ ਦਾ ਹੋਏ। ਦਿੱਲੀ ਵਾਸੀ ਕਿਸ 'ਤੇ ਵਿਸ਼ਵਾਸ ਜਤਾਉਣਗੇ, ਕਿਉਂਕਿ ਤਿੰਨਾਂ ਪਾਰਟੀਆਂ ਨੇ ਆਪਣੇ ਆਪਣੇ ਦਿੱਗਜਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਰਾਜਨੀਤੀ ਦੀ ਮਾਰ ਨੇਤਾਵਾਂ ਨੂੰ ਕੀ ਸਿਖਾ ਦਿੰਦੀ ਹੈ, ਵੱਡੇ ਵੱਡੇ ਵੀਰ ਨੇਤਾਵਾਂ ਨੂੰ ਜਨਤਾ ਦੇ ਕਦਮਾਂ 'ਚ ਝੁਕਾ ਦਿੰਦੀ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਕਿਸ ਨੇਤਾ ਦੇ ਝੁਕੇ ਹੋਏ ਸਿਰ ਨੂੰ ਜਨਤਾ ਉੱਪਰ ਚੱਕਦੀ ਹੈ। ਇਹ ਤਾਂ ਵੋਟਾਂ ਦਾ ਨਤੀਜਾ ਹੀ ਦੱਸੇਗਾ, ਅਤੇ ਇੰਤਜ਼ਾਰ ਕਰਦੇ ਹਾਂ ਵੋਟਾਂ ਦੇ ਨਤੀਜਿਆਂ ਦਾ। ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਪ੍ਰੋਗਰਾਮ ਲੈ ਕੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਅਕਾਲ ਚੈਨਲ, ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।